ਨਵਾਂਸ਼ਹਿਰ ਦੇ ਪਿੰਡ ਸਾਹਿਬਾਜਪੁਰ ਹੈੱਡ ਤੇ ਬੀਤੀ ਰਾਤ ਕਰੀਬ 2 ਵਜੇ ਇੱਕ ਐਕਸਾਈਜ਼ ਡਿਊਟੀ ਵਾਲਿਆਂ ਦੀ ਬਲੈਰੋ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਲੈਰੋ ਗੱਡੀ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਤੇ ਇਹ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਤੋਂ ਬਾਅਦ ਇਹ ਗੱਡੀ ਜਦੋਂ ਸਾਹਿਬਾਜਪੁਰ ਹੈੱਡ ਦੇ ਕੋਲ ਪਹੁੰਚੀ ਤਾਂ ਇੱਕ ਕੰਧ ਨੂੰ ਤੋੜਦੇ ਹੋਏ ਨਹਿਰ ਵਿੱਚ ਜਾ ਡਿੱਗੀ। ਲੋਕਾਂ ਮੁਤਾਬਿਕ ਕਾਰ ਵਿੱਚ ਸਵਾਰਾਂ ਨੂੰ ਉਹਨਾਂ ਨੇ ਸੁਰੱਖਿਅਤ ਬਾਹਰ ਕੱਢਿਆ ਹੈ। ਕੀ ਨਾਮ ਤੁਹਾਡਾ ਜੀ? ਤਾਰਕੀ ਬਲਜਿੰਦਰ ਸਿੰਘ ਸਵਾਜਪੁਰ ਜੀ। ਕੀ ਭਾਜੀ ਇੱਥੇ ਕੀ ਮਾਮਲਾ ਹੋਇਆ ਗੱਡੀ ਇੱਥੇ ਦੇ ਪਿੰਡ? ਦੱਸਣਾ ਚਾਹੂ ਵੀ ਸਾਈਕਲ ਦੀ ਗੱਡੀ ਨਵਾਂ ਸ਼ਹਿਰ ਤੋਂ ਆ ਰਹੀ ਸੀਗੀ ਜੀ ਜੀ, ਉਹ ਸਿੱਧੀ ਆ ਕੇ ਨਹਿਰ ਵਿੱਚ ਡਿੱਗ ਪਈ ਆ, ਕਿਉਂਕਿ ਉੱਥੇ ਆ ਕੇ ਨਹਿਰ ਨੂੰ ਬਲ ਬਹੁਤ ਪੈਂਦਾ ਆ, ਕਿਉਂਕਿ ਜਦੋਂ ਸੜਕ ਹੈਗਾ ਉਹ ਮੰਡੀਆਂ ਨੂੰ ਬੋਰਡਰ ਟਰਾਂ ਦੀ ਆ, ਆ ਨਹਿਰ ਹੋਰ ਭਾਗ ਦੇ ਟਰਾਂ ਦੀ ਆ, ਇਸ ਕਰਕੇ ਉਹ ਸਿੱਧੀ ਉਹਨੂੰ ਪੁਲ ਵੀ ਸਿੱਧਾ ਕਰ ਸਕਦੇ ਨਾ, ਉਹ ਸੜਕ ਸਿੱਧੀ ਉੱਥੇ ਲੈ ਸਕਦੇ ਆ, ਕਿਉਂਕਿ ਸੜਕ ਸਿੱਧੀ ਤਾਂ ਹੋ ਸਕਦੀ ਆ, ਲੇਕਿਨ ਉਹ ਨਹੀਂ ਕਰ ਸਕਦੇ, ਇਸ ਕਰਕੇ ਸਮੱਸਿਆ ਕਈ ਵਾਰ ਅਕਸਰ ਆ ਜਾਂਦੀ ਹੈ ਉਹ। ਉੱਥੇ ਕਈ ਵਾਰ ਬੋਰਡ ਵੀ ਲਾਏ ਬਹੁਤ ਵੱਡੇ ਵੱਡੇ ਸਮਾਜ ਸੇਵੀ ਲੋਕਾਂ ਨੇ, ਉਹ ਜੋ ਨਸ਼ੇ ਵਾਲੇ ਲੋਕ ਹੈ ਜੋ ਪਟਕੇ ਵੇਚ ਕੇ ਉਹ ਖਾ ਜਾਂਦੇ ਆ, ਤਾਂ ਸਮੱਸਿਆ ਆਉਂਦੀ, ਉਸ ਕੋਲ ਪਤਾ ਨਹੀਂ ਮੁਹਰੇ ਲੱਗ ਰਿਹਾ, ਮੁਹਰੇ ਕੋਈ ਸਿਗਨਲ ਨਹੀਂ ਲੱਗਾ ਆ, ਇਸ ਕਰਕੇ ਉਹ ਬਿਸਦੀ ਆ ਕੇ ਬਚ ਗਏ ਉਹਦੀ। ਕਿੰਨੇ ਵਜੇ ਘਟਨਾ ਹੋਈ ਹੈ ਜੀ? ਸਰ 2 ਵਜੇ, ਉਹ 2 ਵਜੇ ਕਹਿੰਦੇ ਜੀ ਹੋਈ ਹੈ। ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦਾ ਬਚਾਅ? ਸਰ ਇੱਕ ਹਾਂ ਬਚਾਅ ਹੋ ਗਿਆ, ਇੱਕ ਨਹਿਰ ਦੇ ਮੋਹਰ ਨਿਕਲ ਗਿਆ ਪੁਲਿਸ ਵਾਲੇ ਤੋਂ, ਇੱਕ ਉੱਥੇ ਚੜ ਗਿਆ ਉਹ ਮੁਹਰੇ ਵੱਟ ਲੱਗੇ, ਉੱਥੇ ਚੜ ਗਿਆ ਉਹ ਬਾਹਰ, ਦੋਨੋਂ ਬਚ ਗਏ ਜੀ। ਉਹ ਕੋਈ ਕੋਈ ਵਿੱਚ ਪਹਿਲਾਂ ਦੱਸਦੇ ਐਕਸਾਈਜ਼ ਵਾਲੇ ਸੀਗੇ ਮੁੰਡੇ? ਹਾਂਜੀ ਸਰ, ਐਕਸਾਈਜ਼ ਦੋਨੋਂ ਗੱਡੀ ਐਕਸਾਈਜ਼ ਵਾਲਿਆਂ ਦੀ ਉਹ। ਅੱਛਾ ਜੀ, ਉਹ ਸਰ ਰਾਤ ਡਿਊਟੀ ਹੋਣੀ ਤੇ ਰਾਤ ਡਿਊਟੀ ਦੇ ਆਉਂਦੇ ਹੋਣੇ ਆ ਨਮਸ਼ਿਆ ਕੋਈ। ਕਿਹਦਾ ਪਿੱਛਾ ਕਰਦੇ ਸੀ ਜਾਂ ਵੈਸੇ ਕਿਤੇ? ਇਹ ਤਾਂ ਨਹੀਂ ਪਤਾ ਜੀ, ਹੁਣ ਹਜੇ ਮੁੰਡੇ ਗਏ ਤਾਂ ਪੁੱਛਣਾ ਕਿ ਕੀ ਕਰਦੇ ਸੀ ਉਹ ਐਕਸਾਈਜ਼ ਵਾਲੇ ਜੀ। ਤੇ ਪੁਲਿਸ ਆ ਗਈ ਸੀ? ਹਾਂ ਸਰ, ਹੁਣੇ ਆ ਕੇ ਗਏ ਰਹਾ ਹੂੰ ਵਾਲੇ। ਠੀਕ ਹੈ ਜੀ, ਠੀਕ। ਵੈਸੇ ਯਾਨੀ ਕਿ ਮੁੰਡੇ ਠੀਕ ਹੈ? ਦੋ ਦੋ ਜਣੇ ਦੋਨੋਂ ਠੀਕ ਹੈ, ਦੋਨੋਂ ਠੀਕ ਹੈ ਜੀ, ਮੁੰਡੇ ਦੋਨੋਂ ਠੀਕ, ਦੋਨੋਂ ਠੀਕ ਹੈ ਨਾ? ਹਾਂ ਦੋਨੋਂ ਠੀਕ ਹੈ ਜੀ। ਠੀਕ ਹੈ ਜੀ।